सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। कुछ दिन पहले यहाँ के श्री दुर्गा मंदिर चौक में से एक लड़की से एक मोटरसाइकिल पर सवार दो युवकों द्वारा उसका पर्स छीनकर फरार हो गए थे। वह एक दिन पहले भी इसी लड़की से उक्त दोनों झपटमारों ने एमएलए रोड से पर्स झपटकर फरार हो गए थे और उस दिन लड़की के परिवार वालों की ओर से श्री दुर्गा मंदिर रोड पर जाम लगाकर पुलिस के खिलाफ रोष प्रदर्शन कर उक्त झपटमारों को पकड़ने की मांग की गई थी। पुलिस ने उस दिन से ही उक्त झपटमारों को तलाशने के लिए दिन रात एक करते हुए आखिर उन्होंने यहां के रविंद्रा चौक से काबू कर लिया जब वह दोबारा किसी महिला से झपटमारी की तैयारी में मोटरसाइकिल पर सवार घूम रहे थे। आइए आपको सुनाते हैं कि पुलिस ने उक्त दोनों झपटमारों को कहां से और कैसे गिरफ्तार किया। सिटी थाना के SHO सरदार गुरचरण सिंह की जुबानी। ਜਿਹੜਾ ਜੇ ਤੁਸੀਂ ਦੋਸ਼ੀ ਫੜੇ ਇਹਨਾਂ ਬਾਰੇ ਜਾਣਕਾਰੀ ਦਿਓ ਵੀ ਕਿਸ ਆਰੋਪੀ 'ਚ ਫੜੇ ਇਹਨਾਂ ਦੋ ਕ੍ਰਿਸ਼ਨ ਕੁਮਾਰ ਤੇ ਮਨਦੀਪ ਇਹ ਦੋਨੇ ਜਣੇ ਆਪਣੇ ਸਨੈਚਿੰਗ ਕਰਦੇ ਸੀ ਕੋਈ ਵੀ ਲੇਡੀਜ਼ ਜਦੋਂ ਵੀ ਆਪਣੇ ਰਿਕਸ਼ੇ ਤੇ ਜਾਂ ਇਕੱਲੀ ਤੁਰੀ ਜਾਂਦੀ ਸੀ ਤੇ ਉਹਦਾ ਪਰਸ ਖੋਹ ਕੇ ਭੱਜ ਲੈਂਦੇ ਸੀ ਇਹ ਤੇ ਅੱਜ ਸਾਨੂੰ ਮੁਖ ਨਹੀਂ ਮਿਲੀ ਵੀ ਜਿਹੜੇ 4, 3 ਤੇ 6 ਤਰੀਕ ਨੂੰ ਸਨੈਚਿੰਗ ਹੋਈ ਹੈ ਵੀ ਜਿਨ੍ਹਾਂ ਨੇ ਉਹ ਸਨੈਚਿੰਗ ਕੀਤੀ ਹੈ ਵੀ ਉਹ ਬੰਦੇ ਅੱਜ ਰਵਿੰਦਰਾ ਉਹਦੇ ਸ਼ੋਰੂਮ ਕੋਲੇ ਖੜੇ ਨੇ ਜਿਸ ਤੇ ਪੁਲਿਸ ਪਾਰਟੀ ਨੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ ਨੇ ਦੱਸਿਆ ਵੀ ਅਸੀਂ ਜਿਹੜੀ ਇਹ ਸਨੈਚਿੰਗ ਕੀਤੀ ਸੀ ਅਸੀਂ ਦੋਨੇ ਜਣੇ ਨੇ ਕੀਤੀ ਸੀ ਠੀਕ ਹੈ ਅੱਜ ਅਸੀਂ ਉਹਨਾਂ ਨੂੰ ਇਹ ਉਸ ਮੁਕੱਦਮੇ 'ਚ ਅਰੈਸਟ ਕਰ ਲਿਆ ਕੱਲ੍ਹ ਉਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਸਰ ਇਹਨਾਂ ਇਸ ਤੋਂ ਪਹਿਲਾਂ ਕੋਈ ਕੇਸ ਦਰਜ ਹੋ ਚੁੱਕਿਆ ਇਹਨਾਂ ਇਹ ਸਦਰ ਪਟਿਆਲੇ ਦੇ ਇਹਨਾਂ ਦੇ ਦੋ ਮੁਕੱਦਮੇ ਦਰਜ ਨੇ ਇਹਨਾਂ ਦੇ ਖਿਲਾਫ ਪਹਿਲਾਂ ਸਨੈਚਿੰਗ ਦੇ ਤੇ ਮੋਟਰਸਾਈਕਲ ਕਿੱਥੋਂ ਮਤਲਬ ਮੋਟਰਸਾਈਕਲ ਕਿਹਦਾ ਲੈ ਕੇ ਆਏ ਸੀ ਸਰ ਤੇ ਮੋਟਰਸਾਈਕਲ ਦੇਣਾ ਇਹ ਪਰਪਰ ਦਿੱਤਾ ਖੈਰਪੁਰ ਜੱਟਾਂ ਦਾ ਇੱਕ ਜ਼ਿਮੀਂਦਾਰ ਹੈ ਉਹਦੀ ਕਪੈਨ ਤੇ ਇਹ ਕੰਮ ਕਰਦੇ ਸੀ ਕਪੈਨ ਤਿਆਰ ਕਰ ਰਹੇ ਸੀ ਤੇ ਸ਼ਾਮ ਨੂੰ ਇਹ ਉਹਦਾ ਮੋਟਰਸਾਈਕਲ ਲੈ ਕੇ ਆ ਜਾਂਦੇ ਸੀ ਵੀ ਅਸੀਂ ਕਿਤੇ ਸ਼ਹਿਰ ਚੱਲਿਆ ਜਿੱਥੋਂ ਜਾ ਕੇ ਵਾਰਦਾਤ ਕਰਕੇ ਦੁਬਾਰਾ ਫਿਰ ਉੱਥੇ ਚਲੇ ਜਾਂਦੇ ਸੀ ਰਾਜਪੁਰਾ ਸੇ ਕੈਮਰਾਮੈਨ ਲਲਿਤ ਕੁਮਾਰ ਕੇ ਸਾਥ ਮੀਡੀਆ ਪਰਸਨ ਸੰਦੀਪ ਚੌਧਰੀ ਦਿਨੇਸ਼ ਸਚਦੇਵਾ ਨਿਊਜ਼ 89। सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद।